ਇਹਦੀ ਇੱਕ ਇੰਦਰਜੀਤ ਇਮੀਗ੍ਰੇਸ਼ਨ ਵਾਲੇ ਹੈਗੇ ਸੀ ਬੱਸ ਸਟੈਂਡ ਦੇ ਸਾਹਮਣੇ, ਉਹਨਾਂ ਦੀ ਗੱਡੀ ਦੇ ਉੱਤੇ ਕਿਸੇ ਨੇ ਫਾਇਰ ਕੀਤਾ, 2-3 ਫਾਇਰ ਹੋਏ ਨੇ, ਔਰ ਉਹਨਾਂ ਨੂੰ ਕੋਈ ਸਟ੍ਰੈਟਜੀ ਜਿਵੇਂ ਆਉਂਦੀ ਹੈ ਉਹਨੇ ਸਟ੍ਰੈਕਟ ਦੇ ਕੇ ਗਏ ਨੇ, ਤਾਂ ਉਹਦੇ ਉੱਤੇ ਵੈਰੀਫਿਕੇਸ਼ਨ ਚੱਲ ਰਹੀ ਹੈ, ਜੋ ਆਏਗਾ ਪ੍ਰਤੀ ਸਾਹਮਣੇ ਉਹ ਕਰਨਾ ਕੋਈ ਸਪੈਸੀਫਿਕ ਨਹੀਂ ਹੈਗੀ ਕੋਈ ਫਿਰ ਇੰਨਾ ਕੀ ਹੈ ਵੀ ਸਾਡੇ ਨਾਲ ਗੱਲ ਕਰੋ ਸਾਨੂੰ ਸਾਨੂੰ ਦੱਸੋ ਉਹਨਾਂ ਨੇ ਕੁਛ ਕੀਤਾ ਮੇ ਵੀ ਇਮੀਗ੍ਰੇਸ਼ਨ ਦਾ ਕੰਮ ਕਰਦੇ ਹਾਂ ਵੀ ਵਰਕਿੰਗ ਓਨ ਇਟ ਕੀ ਹੈ ਕੀ ਨਹੀਂ, ਤਾਂ 100 ਉਹਨਾਂ ਦਾ ਹੁੰਦਾ ਲੜਕਿਆਂ ਨਾਲ ਜਿਹਨਾਂ ਨੂੰ ਬਾਹਰ ਭੇਜਦੇ ਹਾਂ ਜਾਂ ਕੁਛ ਕਰਦੇ ਹਾਂ ਜੋ ਵੀ ਹੈ ਉਹ ਦੇਖਿਆ ਜਾਏਗਾ, ਵੈਰੀਫਿਕੇਸ਼ਨ ਹੋਏਗੀ ਫਿਰ ਹੀ ਦੱਸਦਾ। ਗੈਂਗ ਨੇ ਲਿਖਿਆ ਹੁੰਦਾ ਗੈਂਗ ਨੇ ਕੁਛ ਇਸ ਤਰ੍ਹਾਂ ਹੋਇਆ ਨਹੀਂ, ਕੁਛ ਇਸ ਤਰ੍ਹਾਂ ਦਾ ਕੋਈ ਸਪੈਸੀਫਿਕ ਨਹੀਂ ਹੈਗਾ, ਉਹ ਰਾਈਟਿੰਗ ਵੀ ਜਿਹੜੀ ਹੈਗੀ ਆ ਕੋਈ ਉਹਦੀ ਪ੍ਰੋਪਰ ਰਾਈਟਿੰਗ ਤੋਂ ਅਸੀਂ ਨਹੀਂ ਕਹਿ ਸਕਦੇ, ਜਦ ਤੱਕ ਡੀ ਕੋਡ ਨਹੀਂ ਕਰਦੇ ਤਦ ਤੱਕ ਕੁਛ ਉਹਦੇ ਬਾਰੇ ਨਹੀਂ ਕਹਿ ਸਕਦੇ। ਉਹ ਰਾਈਟਿੰਗ ਕਿੱਥੇ ਆਈ ਹੈ ਉਹ ਇਹਨਾਂ ਨੂੰ ਦੇਖ ਕੇ ਗਏ ਜੀ, ਕਿੰਨੇ ਕੁ ਦਿਨ ਪਹਿਲਾਂ ਇਹ ਅੱਜ ਦਾ ਹੀ ਹੈ ਜੀ ਇੰਸੀਡੈਂਟ, 12 ਵਜੇ ਦਾ ਇੰਸੀਡੈਂਟ। ਕੁਛ ਨਹੀਂ ਬਸ ਕੋਈ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ, ਨਹੀਂ ਫਿਰੌਤੀ ਵਾਲਾ ਕੋਈ ਬਹੁਤਾ ਨਹੀਂ ਹੈ, ਅਮਾਊਂਟ ਲਿਖੀ ਹੋਈ ਹੈ ਉਹਨਾਂ ਨੇ, ਪਰ ਉਹ ਬਿੱਲ ਵੈਰੀਫਾਈਡ ਓਨਲੀ ਦੈਨ ਹੋ ਸਕਦਾ ਨਹੀਂ, ਐਸਾ ਕੋਈ ਹਾਲੇ ਹੈ ਨਹੀਂ ਇਹਨਾਂ ਸਪੈਸੀਫਿਕ ਨਹੀਂ, ਨਾਮ ਉੱਪਰ ਲਿਖਿਆ ਗਿਆ ਜੋ ਦੱਸਿਆ ਗਿਆ, ਇਨਵੈਸਟੀਗੇਸ਼ਨ ਚੱਲ ਰਹੀ ਹੈ ਨਾ ਹਾਲੇ ਇਸ ਸਟੇਜ ਤੇ, ਕੁਛ ਨਹੀਂ ਦੱਸਿਆ ਜਾ ਸਕਦਾ। ਪਤਾ ਨਹੀਂ ਕੀ ਹੈ ਇਹਦੇ ਚ, ਦੇਖਦੇ ਆ ਜੀ ਇਹਦੇ ਚ ਹਾਲੇ ਵੈਰੀਫਿਕੇਸ਼ਨ ਹੋਏਗੀ ਫਿਰ ਹੀ ਕੁਛ ਦੱਸ ਪਾਵਾਂਗੇ, ਕਰ ਰਹੇ ਆ ਵੈਰੀਫਿਕੇਸ਼ਨ। ਇੰਦਰਜੀਤ ਸਿੰਘ ਨੂੰ ਇਸ ਤੋਂ ਪਹਿਲਾਂ ਵੀ ਸ਼ਰੀਫ ਹੈਡ ਕੀਤਾ ਗਿਆ, ਨਹੀਂ ਕੋਈ ਉਹਨਾਂ ਦਾ ਕੋਈ ਇਸ਼ੂ ਨਹੀਂ ਕਿਸੇ ਨਾਲ ਉਹਨਾਂ ਦੇ ਮੁਤਾਬਕ, ਹੋਰ ਕਰਾਂ ਜਿਹੜਾ ਕੰਮ ਕਰਦੇ ਇਮੀਗ੍ਰੇਸ਼ਨ ਦਾ ਹੀ ਕਰਦੇ ਜੀ, ਬਾਕੀ ਉਹਨਾਂ ਦਾ ਹੋਰ ਕੋਈ ਕੰਮ ਨਹੀਂ ਹੈ। ਉਹੀ ਵੈਰੀਫਾਈ ਕਰ ਰਹੇ ਨੇ, ਵੈਰੀਫਾਈ ਕਰ ਰਹੇ ਹਾਂ, ਨਹੀਂ ਮੈਨੂੰ ਲੱਗਦਾ ਨਹੀਂ ਹੈ, ਦੇਖਦੇ ਹਾਂ ਹਾਲੇ ਕਿ ਕੀ ਗੱਲ ਸਾਹਮਣੇ ਆਉਂਦੀ ਹੈ। ਜੇ ਵੈਰੀਫਾਈ ਕਰਾਂਗੇ ਜੀ ਫੋਰੈਂਸਿਕ ਐਕਸਪਰਟ ਬੁਲਾਏ, ਹਾਂਜੀ ਉਹ ਵੈਰੀਫਾਈ ਕਰਾਂਗੇ, ਮੌਕਾ ਦੇਖਾਂਗੇ ਫਿਰ। ਨਹੀਂ ਇਹ ਜੋ ਲੱਗਦਾ ਹੈ ਵੀ ਉਹਨਾਂ ਨੂੰ ਡਰਾਉਣ ਵਾਲਾ ਮਾਮਲਾ ਹੈ, ਕੋਈ ਉਹਨਾਂ ਦਾ ਆਪਸੀ ਕੋਈ ਹੋਏਗਾ ਉਹ ਵੈਰੀਫਿਕੇਸ਼ਨ ਜਾਏਗਾ ਵੀ ਕਿਸੇ ਨਾ ਕੋਈ ਝਗੜਾ ਜਾਂ ਕੋਈ ਹੈ ਤਾਂ ਨਹੀਂ, ਉਹੀ ਵੈਰੀਫਾਈ ਕਰ ਰਹੇ ਹਾਂ, ਜਦੋਂ ਵੈਰੀਫਾਈ ਹੋਏਗਾ ਫਿਰ ਹੀ ਅੱਗੇ ਕਿਸੇ ਕਨਕਲੂਜਨ ਤੇ ਪਹੁੰਚ ਸਕਾਂਗੇ। ਉਹ ਹਾਲੇ ਫੋਰੈਂਸਿਕ ਹਾਲੇ ਦੱਸਣਗੇ, ਮੈਂ ਕਿਵੇਂ ਦੱਸਣਾ, ਉਹ ਤਾਂ ਜਦੋਂ ਆਉਣਗੇ ਚੈੱਕ ਕਰਨਗੇ ਫਿਰ ਫੋਰੈਂਸਿਕ ਰਿਪੋਰਟ ਤੋਂ ਬਾਅਦ ਹੀ। ਹਾਂਜੀ ਹਾਂ ਕੋਲ ਬਰਾਮਦ ਕੀਤੇ ਨੇ, ਉਹ ਚੈੱਕ ਕਰਾਵਾਂਗੇ ਵੈਰੀਫਾਈ। ਹਾਂਜੀ ਹਾਲੇ ਤਾਂ ਦੇਖਿਆ ਨਹੀਂ ਹੈ, ਉੱਥੇ ਵੈਰੀਫਾਈ ਕਰਾਂਗੇ ਫਿਰ ਦੱਸਾਂਗੇ, ਟੀਮ ਭੇਜੀਆਂ ਨੇ ਉਹ ਜੋ ਉੱਥੋਂ ਰਿਪੋਰਟ ਆਉਂਦੀ ਹੈ ਫਿਰ ਤੁਹਾਡੇ। ਹਾਲੇ ਤਾਂ ਕੋਈ ਖੋਲ ਬਰਾਮਦ ਹੋਏਗਾ, ਇੱਕ ਖੋਲ ਬਰਾਮਦ ਹੋਇਆ, ਨਹੀਂ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਜੀ, ਬਿਲਕੁਲ ਨਿਊਟਰਲ ਹੈ, ਕੋਈ ਐਡੀ ਗੱਲ ਨਹੀਂ ਹੈ, ਕਿਸੇ ਨੇ ਆਪਸੀ ਰੰਜਿਸ਼ ਹੈ ਜਾਂ ਕੀ ਹੈ, ਵੈਰੀਫਿਕੇਸ਼ਨ ਦੇ ਵਿੱਚ ਸਾਰੀ ਗੱਲ ਸਾਹਮਣੇ ਆਏਗੀ, ਫਿਰ ਅੱਗੇ ਦੱਸਾਂਗੇ ਜੀ ਤੁਹਾਨੂੰ।